ਤੇ ਇਹ ਗੱਲ ਸਮਝ ਆ ਜਾਂਦੀ ਹੈ ਸਭ ਗੁਣ ਤੇਰੇ हे ਰੱਬ ਜੀ ਮੇਰੇ ਅੰਦਰ ਜਿੰਨੇ ਗੁਣ ਪੈਦਾ ਕੀਤੇ ਮੇਰੇ ਸਰੀਰ ਦੇ ਗੁਣ ਅੱਖ ਕੰਨ ਨੱਕ ਹੱਥ ਪੈਰ ਤੰਦਰੁਸਤ ਸਰੀਰ ਨਿਰਮਲ ਮਨ ਇਹ ਸਵਾਸਾਂ ਦੀ ਪੂੰਜੀ ਔਰ ਇਸ ਤੇ ਅੰਦਰ ਤੇਰੇ ਰੱਬੀ ਗੁਣ ਦਇਆ ਤੇਰੇ ਰੱਬੀ ਗੁਣ ਜਿਹੜੇ ਹਨ ਨਿਮਰਤਾ ਤੇਰੇ ਰੱਬੀ ਗੁਣ, ਪ੍ਰੇਮ ਤੇਰੇ ਰੱਬੀ ਗੁਣ, ਸੱਚ ਨੂੰ ਧਾਰਨ ਕਰਨਾ ਇਹ ਰੱਬੀ ਗੁਣ ਹਨ। ਇਹਨਾਂ ਰੱਬੀ ਗੁਣਾਂ ਦੀ ਪ੍ਰਾਪਤੀ ਵੀ ਤੇਰੀ ਦਿੱਤੀ ਹੈ। ਇਹ ਤੇਰੇ ਹੀ ਗੁਣ ਹਨ, ਮੇਰੇ ਕੋਈ ਗੁਣ ਨਹੀਂ ਹਨ, ਸਭ ਗੁਣ ਤੇਰੇ। ਮੈਂ ਨਾ ਹੀ ਕੋਏ, ਮੇਰੇ 'ਚ ਕੋਈ ਗੁਣ ਨਹੀਂ। ਜਿੰਨੇ ਗੁਣ ਤੂੰ ਦਿੱਤੇ ਨੇ ਪ੍ਰੀਤਮ ਵਾਹਿਗੁਰੂ ਅਕਾਲ ਪੁਰਖ RAM ਜੀ ਅੱਲਾ ਜੀ ਇਹ ਤੇਰੇ ਦਿੱਤੇ ਨੇ ਤੇ ਮੈਨੂੰ ਇਹ ਸਮਝ ਆ ਗਈ ਹੈ ਵਣ ਗੁਣ ਕੀਤੇ ਭਗਤ ਨਾ ਹੋਏ ਬਿਨਾ ਤੇਰੇ ਗੁਣਾ ਨੂੰ ਮੈਂ ਧਾਰਿਆ ਤੇਰੇ ਗੁਣਾ ਤੇ ਚਲਿਆ ਤੇਰੇ ਹੁਕਮ ਨੂੰ ਮੰਨਿਆ ਭਗਤ ਹੋ ਹੀ ਨਹੀਂ ਸਕਦਾ ਭਗਤ ਕਿਸ ਨੂੰ ਕਹਿੰਦੇ ਹਨ ਜਿਹੜਾ ਰੱਬ ਜੀ ਦੇ ਗੁਣ ਨੂੰ અપਨਾ ਕੇ ਦੂਸਰਿਆਂ ਨੂੰ ਦੀਂਦਾ ਹੈ ਦੂਸਰਿਆਂ ਨੂੰ ਵੀ ਤੋਰਦਾ ਹੈ ਇਕੱਲਾ ਖੁਦ ਨਹੀਂ ਬੈਠਾ ਕਿਸੇ ਕਮਰੇ ਵਿੱਚ ਕਿਸੇ ਜੰਗਲ ਵਿੱਚ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਂਦਾ ਹੈ ਉਹ ਸਮਸਤ ਮਨੁੱਖਤਾ ਦੇ ਦਰਦ ਨੂੰ ਸਮਝਦਾ ਹੈ ਕਿ ਸਾਰੀ ਮਨੁੱਖਤਾ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੀ ਹੈ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਜਲ ਰਹੀ ਹੈ ਇਹਨਾਂ ਭਰਾਵਾਂ ਨੂੰ ਵੀ ਭੈਣਾਂ ਨੂੰ ਵੀ ਇਹਨਾਂ ਸਾਥੀਆਂ ਨੂੰ ਵੀ ਉਹ ਹਿੰਦੂ ਵੀਰ ਮੇਰੇ ਪ੍ਰਾਹਨ ਮੁਸਲਮਾਨ ਵੀਰ ਮੇਰੇ ਪ੍ਰਾਹਨ ਸਾਰੇ ਵਿਚਾਰ ਰਾਂਦੇ ਲੋਕ ਮੇਰੇ ਪ੍ਰਾਹਨ ਸਮਸਤ ਧਰਤੀ ਤੇ ਬੈਠੇ ਹੋਏ ਮਨੁੱਖ ਮੇਰੇ ਪ੍ਰਾਹਨ ਇਹਨਾਂ ਨੂੰ ਵੀ ਉਸ ਸੱਚ ਦੇ ਮਾਰਗ ਨਾਲ ਜੋੜਨਾ ਇਹ ਮੇਨ ਮਕਸਦ ਬਣ ਜਾਂਦਾ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ ਤੈਨੂੰ ਨਮਸਕਾਰ ਹੈ ਸਵਸਤ ਆਤ ਆਤ ਕਹਿੰਦੇ ਨੇ ਹੈ ਸਵਸਤ ਕਹਿੰਦੇ ਨੇ ਨਮਸਕਾਰ ਹੇ ਰੱਬ ਜੀ ਤੇਰੇ ਗੁਣਾਂ ਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਸਵਸਤ ਆਤ ਬਾਣੀ ਬਰਮਾਓ ਤੇਰੀ ਬਾਣੀ ਨੂੰ ਨਮਸਕਾਰ ਹੈ ਤੇਰੇ ਗੁਣਾਂ ਨੂੰ ਨਮਸਕਾਰ ਹੈ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਏ ਅਡੋਲ ਪ੍ਰਮਾਤਮਾ ਸਤ ਸੁਹਾਣ ਏ ਅਚਰਜ ਪ੍ਰਮਾਤਮਾ ਏ ਅਗੰਮ ਪ੍ਰਮਾਤਮਾ ਸਦਾ ਮਨ ਚਾਓ ਜਿਸ ਤਰ੍ਹਾਂ ਤੂੰ ਖੇੜੇ ਵਿੱਚ ਹੈ ਉਸ ਤਰ੍ਹਾਂ ਮੇਰੇ ਮਨਨ ਦੇ ਵਿੱਚ ਵੀ ਤੂੰ ਆਪਣਾ ਖੇੜਾ ਆਪਣੀ ਖੁਸ਼ੀ ਆਪਣਾ ਆਨੰਦ ਭਰਦਾ ਹੈ ਸਦਾ ਮੈਨੂੰ ਇਹ ਚਾਹ ਹੈ ਕਿ ਤੇਰੇ ਗੁਣਾ ਤੇ ਤੁਰਾਂ ਤੇਰੇ ਚੰਗੇ ਗੁਣਾਂ ਨੂੰ ਅਪਣਾਵਾਂ ਹੁਣ ਮੈਂ ਇਹ ਨਹੀਂ ਸੋਚਦਾ ਕਿ ਮੈਂ ਕਦ ਪੈਦਾ ਹੋਇਆ ਏ ਧਰਤੀ ਕਦ ਪੈਦਾ ਹੋਈ ਮਨੁੱਖ ਕਦ ਪੈਦਾ ਹੋਇਆ ਕਦ ਸ੍ਰਿਸ਼ਟੀ ਦੀ ਰਚਨਾ ਹੋਈ ਇਹ ਥੋਥੀਆਂ ਗੱਲਾਂ ਵਿੱਚ ਮੈਂ ਨਹੀਂ ਪੈਂਦਾ ਕਵਣ ਸੁਵੇਲਾ ਵੇਲਾ ਕਹਿੰਦੇ ਨੇ ਸਮਾਂ ਕਿਸ ਵੇਲੇ ਧਰਤੀ ਪੈਦਾ ਹੋਈ ਕਿਸ ਵੇਲੇ ਮਨੁੱਖ ਪੈਦਾ ਹੋਇਆ ਕਿਸ ਤਰ੍ਹਾਂ ਪੈਦਾ ਕੀਤਾ ਗਿਆ ਕੋਈ ਤਿੰਨ ਦੇਵਤੇ ਰੱਬ ਜੀ ਨੇ ਭੇਜੇ ਫਿਰ ਕੋਈ ਮਹਾਮਾਈ ਭੇਜੀ ਤੇ ਉਹਨਾਂ ਦੇਵਤੇ ਇਹ ਸਭ ਥੋਥੀਆਂ ਗੱਲਾਂ ਮੇਰੇ ਲਈ ਨਹੀਂ ਹਨ ਹਾਂ ਕਿਸੇ ਹੋਰ ਵਿਚਾਰ ਮੰਨ ਲਈ ਹੋਣ ਮੈਂ ਉਸ ਦਾ ਵੀ ਸਤਿਕਾਰ ਕਰਨਾ ਚਾਹਾਂਗਾ ਲੇਕਿਨ ਮੇਰੇ ਲਈ ਉਹਨਾਂ ਗੱਲਾਂ ਦੀ ਅਹਿਮੀਅਤ ਨਹੀਂ ਹੈ ਕਵਣ ਸੁਵੇਲਾ ਵਕਤ ਕਵਣ ਵਕਤ ਦਾ ਮਤਲਬ ਕਿਹੜਾ ਸਮਾ ਕਿਹੜਾ ਵੇਲਾ ਕਿਹੜਾ ਟਾਈਮ ਕਿਹੜੀ ਕੜੀ ਕਵਣ ਥਿੱਤੀ ਕਿਹੜੀ ਥਿਤੀ ਜਿਹੜੀ ਚੰਦਰਮਾ ਦੇ ਹਿਸਾਬ ਦੇ ਨਾਲ ਹੈ ਥਿਤੀਆਂ ਥਿਤੀਆਂ ਕਹਿੰਦੇ ਨੇ ਜਿਹੜੀ ਚੰਦਰਮਾ ਦੇ ਹਿਸਾਬ ਨੇ ਨਾਲ ਡੇਟਾ ਹੋਣ ਕਵਣ ਥਿਤੀ ਕਵਣ ਵਾਰ ਵਾਰ ਕਹਿੰਦੇ ਨੇ ਦਿਨ ਕਿਹੜੇ ਦਿਨ ਇਸ ਸਿਸਟੀ ਇਹ ਬ੍ਰਹਮੰਡ ਇਸ ਸਾਰੀ ਦੀ ਸਿਰਜਣਾ ਤੁਸੀਂ ਕੀਤੀ ਪ੍ਰੀਤਮ ਜੀ ਇਸ ਦੀ ਖੋਜ ਦੀ ਮਨੂੰ ਲੋੜ ਨਹੀਂ ਹੈ ਮੇਰਾ ਪਰੋਸਾ ਪੂਰਨ ਤੌਰ ਤੇ ਤੁਹਾਡੇ ਤੇ ਹੈ ਜਿਵ ਤੇ ਸੁਭਾਵ ਹੈ ਤਵੇਂ ਚਲਾਵੇ ਤੂੰ ਸ੍ਰਿਸ਼ਟੀ ਪੈਦਾ ਕੀਤੀ ਤੈਨੂੰ ਹੀ ਪਤਾ ਹੈ ਮੈਨੂੰ ਪਤਾ ਲੈਣ ਦੀ ਲੋੜ ਨਹੀਂ ਹੈ ਕਮਣ ਸੇ ਰੁੱਤੀ ਕਿਹੜੀ ਰੁੱਤ ਸੀ ਮਾਹ ਕਵਣ ਮਾਹ ਕਹਿੰਦੇ ਨੇ ਮਹੀਨੇ ਨੂੰ ਕਿਹੜਾ ਮਹੀਨਾ ਸੀ ਜਦ ਇਹ ਸ੍ਰਿਸ਼ਟੀ ਇਹ ਬ੍ਰਹਮੰਡ ਪੈਦਾ ਹੋਇ ਇਸ ਨੂੰ ਵੀ ਮੈਨੂੰ ਲੱਭਣ ਦੀ ਲੋੜ ਨਹੀਂ ਹੈ ਜਿਤ ਹੋਆ ਆਕਾਰ ਆਕਾਰ ساری ਸ੍ਰਿਸ਼ਟੀ ਕਿਹੜੀ ਦਿਨ ਕਿਹੜੇ ਥੇਤੀ ਕਿਹੜੀ ਵਾਰ ਵਿੱਚ ਪੈਦਾ ਹੋਏ ਕਿਹੜੇ ਮਹੀਨੇ ਚ ਕਿਹੜੇ ਸਾਲ ਹੀ ਵਿੱਚ ਪੈਦਾ ਹੋਏ ਮੈਨੂੰ ਇਸ ਨੂੰ ਲੱਭਣ ਦੀ ਲੋੜ ਨਹੀਂ ਹੈ ਮੈਂ ਇਸ ਤੇ ਚੱਕਰ ਵਿੱਚ ਫਸਣਾ ਹੀ ਨਹੀਂ ਚਾਹੁੰਦਾ ਵੇਲ ਨਾ ਪਾਈਆਂ ਪੰਡਤੀ ਇਹ ਲਬ ਲਬ ਕੇ ਪੰਡਤ ਲੋਕ ਗਿਆਨਵਾਨ ਲੋਕ ਫਿਲਾਸਫਰ ਲੋਕ ਦਾਰਸ਼ਨਿਕ ਲੋਕ ਖੱਕ ਗਏ ਵੇਲ ਨਾ ਪਾਈਆਂ ਭੰਤੀ ਉਹਨਾਂ ਨੇ ਨਹੀਂ ਪਾ ਸਕੇ ਨਹੀਂ ਲੱਭ ਸਕੇ ਅਜੇ ਤੱਕ ਬੜਾ ਵਿਗਿਆਨ ਵੱਧ ਗਿਆ ਹਵਾਈ ਜਹਾਜ਼ ਬਣ ਗਏ ਬੜੀਆਂ-ਬੜੀਆਂ ਤਾਕਤਾਂ ਬਣ ਗਈਆਂ ਦੁਨੀਆ ਨੂੰ ਬੰਮਾਂ ਨਾਲ ਮਾਰਨ ਦੀਆਂ ਤਾਕਤਾਂ ਬਣ ਗਈਆਂ ਲੇਕਿਨ ਅਜੇ ਤੱਕ ਇਸ ਗੱਲ ਦਾ ਗਿਆਨ ਕਿਸੇ ਨੂੰ ਨਹੀਂ ਹੋ ਸਕਿਆ ਕਿ ਰੱਬ ਜੀ ਨੇ ਸ੍ਰਿਸ਼ਟੀ ਕਦ ਬਣਾਈ ਸੀ ਔਰ ਕਦ ਖਤਮ ਕਰੇਗਾ ਇਸਤਾ ਵੀ ਗਿਆਨ ਕਿਸੇ ਨੂੰ ਨਹੀਂ ਵੇਲ ਨ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਜੇ ਇਹਦੀ ਸਮਝ ਹੁੰਦੀ ਨਾ ਤੇ ਇੱਕ ਪੁਰਾਣ ਹੋਰ ਲਿਖ ਦੇਣਾ ਸੀ ਜਿਹੜੇ ਕਰੋੜਾਂ ਦੇਵੀ ਦੇਵਤਿਆਂ ਦੇ ਮਾਈਥੋਲੋਜੀ ਦੇ ਪੁਰਾਣ ਬਣ ਗਏ ਇੱਕ ਪੁਰਾਣ ਇਹ ਵੀ ਤਿਆਰ ਹੋ ਜਾਣਾ ਸੀ ਕਿ ਅਧ ਪੈਦਾ ਹੋਈ ਸੀ ਤੇ ਇਸ ਦਿਨ ਖਤਮ ਹੋ ਜਾਏਗੀ ਮoje ਤੱਕ ਕੋਈ ਨਹੀਂ ਲਿਖ ਸਕਿਆ ਇਸ ਦੀ ਸਮਝ ਕਿਸੇ ਨੂੰ ਨਹੀਂ ਆ ਸਕੀ ਵਕਤ ਨਾ ਪਾਇਓ ਕਾਦੀਆਂ ਕਾਦੀਆਂ ਕਹਿੰਦੇ ਨੇ ਕਾਜੀ ਨੂੰ Hindu ਧਰਮ ਦੇ ਵਿਦਵਾਨ ਮੁਸਲਮਾਨ ਧਰਮ ਦੇ ਦਾਰਸ਼ਨਿਕ ਵਿਦਵਾਨ ਇਹਨਾਂ ਸਾਰਿਆਂ ਨੂੰ ਅੱਲਾ ਜੀ ਦੀ ਰਾਮ ਜੀ ਦੀ ਇਸ ਰਚਨਾ ਦਾ ਗਿਆਨ ਨਹੀਂ ਹੋ ਸਕਿਆ ਇਹ ਹੁੰਦਾ ਤੇ ਇਹ ਕੁਰਾਨ ਦੇ ਵਿੱਚ ਵੀ ਜ਼ਿਕਰ ਆਂਦਾ ਫਿਰ ਉਹ ਇਹ ਨਹੀਂ ਲਿਖਦੇ ਕਿ ਬੈਲ ਦੇ ਸਿਰ ਤੇ ਧਰਤੀ ਹੈ ਫਿਰ ਉਹ ਇਹ ਨਹੀਂ ਲਿਖਦੇ ਕਿ ਧਰਤੀ ਸਾਤੀ ਧਰਤੀਆਂ ਸਾਤੀ ਅਕਾਸ਼ ਸਾਤੀ ਸੂਰਜ ਹਨ ਅਗਲੀਆਂ ਪੌੜੀਆਂ ਸਤਿਗੁਰੂ ਪਾਤਸ਼ਾਹ ਖੁਲਾਸਾ ਕਰਨਗੇ ਉਹ ਇਹ ਲਿਖਦੇ ਕਿ ਇਸ ਤਰ੍ਹਾਂ ਦੀ ਬ੍ਰਹਮੰਡ ਦੀ ਰਚਨਾ ਹੈ ਇਸ ਤਰ੍ਹਾਂ ਸਭ ਕੁਝ ਹੈ ਇਸ ਗੱਲ ਨੂੰ ਇਹ ਨਹੀਂ ਬਿਆਨ ਕਰ ਸਕੇ ਨਹੀਂ ਲਿਖ ਸਕੇ ਜੋ ਵੀ ਲਿਖਿਆ ਸੀ ਉਹ ਅੱਜ ਦੇ ਵਿਗਿਆਨ ਦੀ ਸੋਚ ਵਿੱਚ ਵੀ ਪੂਰਨ ਤੌਰ ਤੇ ਮੰਨਿਆ ਨਹੀਂ ਜਾਂਦਾ ਜਿਹੜਾ ਵਿਗਿਆਨ ਖੋਜ ਰਿਹਾ ਹੈ ਉਹ ਵੀ ਕਿਸੇ ਟਾਈਮ ਤੇ ਉਹੀ ਵਿਗਿਆਨ ਉਸ ਗੱਲ ਨੂੰ ਖੰਡਨ ਕਰ ਦਿੰਦਾ ਹੈ ਲੇਕਿਨ ਸ਼ਬਦ ਗੁਰੂ ਗੁਰਗ੍ਰੰਥ ਸਾਹਿਬ ਦੀ ਕਿਸੇ ਗੱਲ ਦਾ ਕੋਈ ਵੀ ਜਵਾਬ ਨਹੀਂ ਹੈ ਲਵਾ ਜਵਾਬ ਹੈ ਮੇਰਾ ਪ੍ਰੀਤਮ ਗੁਰਗ੍ਰੰਥ ਸਾਹਿਬ ਪਾਤਸ਼ਾਹ ਵਕਤ ਨ ਪਾਇਓ ਕਾ ਦੀਆਂ ਜੇ ਲੇਖਣ ਲੇਖ ਕੁਰਾਨ ਜੇ ਜਾਣਦੇ ਤਾਂ ਇਹ ਵੀ ਲਿਖਦੇ ਕੁਰਾਨ ਦੇ ਅੰਦਰ ਥਿਤ ਵਰਨਾ ਜੋਗੀ ਜਾਣੇ ਇਹ ਤੇਨੇ ਲੋਕ ਵਿਦਵਾਨ ਸਨ ਜਿਹੜੀ ਸਨਾਤਨੀ ਵਿਚਾਰਤਾਰਾ ਆਰੀਆ ਵਿਚਾਰਤਾਰਾ ਮੁਸਲਮਾਨੀਅਤ ਇਸਲਾਮੀਤ ਵਿਚਾਰਤਾਰਾ ਜੋਗੀਆਂ ਦੀ ਵਿਚਾਰਤਾਰਾ ਇਹ ਵੀ ਉਸ ਦਿਨ ਉਸ ਸਥਿਤੀ ਨੂੰ ਨਹੀਂ ਜਾਣਦੇ ਫਿਤਵਾਰ ਨਾ ਜੋਗੀ ਜਾਣਾ ਰੁੱਤ ਮਹਾ ਨ ਕੋਈ ਉਹ ਵੀ ਕਿਸੇ ਮਹੀਨੇ ਕਿਸੇ ਰੁੱਤ ਨੂੰ ਨਹੀਂ ਜਾਣਦੇ ਕਿ ਕਦ ਇਸ ਸ੍ਰਿਸ਼ਟੀ ਰੱਬ ਜੀ ਨੇ ਰਾਮ ਜੀ ਨੇ ਅੱਲਾ ਜੀ ਨੇ ਪੈਦਾ ਕੀਤੀ ਸੀ ਰੱਬ ਜੀ ਦਾ ਇੱਕ ਨਾਮ ਜ਼ਰੂਰ ਦਿੱਤਾ ਰੱਬ ਜੀ ਦੇ ਗੁਣਾਂ ਦੀ ਗੱਲ ਜ਼ਰੂਰ ਕੀਤੀ ਰੱਬ ਜੀ ਦੇ ਬਾਰੇ ਮਾਈਥੋਲੋਜੀਕ ਮਨਕੜਤ ਚੀਜ਼ਾਂ ਜ਼ਰੂਰ ਲੋਕਾਂ ਨੂੰ ਸਮਝਾਉਣ ਵਾਸਤੇ ਪੈਦਾ ਕੀਤੀਆਂ ਲੇਕਿਨ ਅਟਲ ਸਚਾਈ ਨਹੀਂ ਸਮਝਾ ਸਕਦੀ ਨਹੀਂ ਸਮਝਾ ਸਕੇ ਜਾਂ ਕਰਤਾ ਸਰਠੀ ਕੋ ਸਾਜਾ ਜਿਸ ਨੇ ਜਾਂ ਕਰਤਾ ਜਿਸ ਨੇ ਸ੍ਰਿਸ਼ਟੀ ਬਣਾਈ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਉਹ ਆਪ ਹੀ ਜਾਣਦਾ ਕਦ ਸ੍ਰਿਸ਼ਟੀ ਪੈਦਾ ਹੋਈ ਇਹ ਸੋਚ ਥੋਤੀ ਹੈ ਕਿ ਮੈਂ ਖੋਜਣ ਚਲਾ ਤੇ ਰੱਬ ਜੀ ਨੂੰ ਲੱਭ ਲਾਂਗਾ ਰੱਬ ਜੀ ਦੀ ਬਣੀ ਬਣਾਈ ਹੋਈ ਕਾਇਨਾਤ ਦਾ ਅੰਤ ਲੱਭ ਲਾਂਗਾ ਕਿਸ ਤਰ੍ਹਾਂ ਬਣੀ ਇਹ ਲੱਭ ਲਾਂਗਾ